welcome back to all my viewers on my youtube channel just to it for a bright future today i am making a session for the uh, sst class 10 samajik shiksha pangol bhag da acha asi oda ek lesson a paath aa jide vich asi bhumi di vartu ate khetiwadi da bhag pehla padh jane rahe ha inu english de vich chapter da naam ditta gaya va land use and agriculture part first ਅਜਿਹੀ ਇਸ ਪਾਰਟ ਦੇ ਵਿੱਚ ਇਹਦੇ ਇੰਪੋਰਟੈਂਟ ਕੁਐਸਚਨ ਆਨਸਰਸ ਜਿਹੜੇ ਕਿ ਬਹੁਤ ਵਾਰ ਰਿਪੀਟ ਵੀ ਹੋਏ ਨੇ ਪੇਪਰਸ ਦੇ ਵਿੱਚ ਅਸੀਂ ਅੱਜ ਉਹਦੇ ਬਾਰੇ ਡਿਸਕਸ ਕਰਾਂਗੇ ਸਟਾਰਟ ਕਰਦੇ ਹਾਂ ਸੈਸ਼ਨ ਨੂੰ ਦੇਖੋ ਇਹ ਸਾਡਾ ਫਰਸਟ ਹੈਗਾ ਵਾ ਇੱਕ ਇੱਕ ਬਾਅਦ ਤੇ ਕੁਐਸਚਨ ਯਾਨੀ ਕਿ 1 1 ਮਾਰਕਸ ਦੇ ਕੁਐਸਚਨ ਨੇ ਫਰਸਟ ਹੈਗਾ ਸੌਣੀ ਜਾਂ ਖਰੀਫ ਦੇ ਮੌਸਮ ਦੇ ਵਿੱਚ ਬੀਜਣ ਵਾਲੀਆਂ ਫਸਲਾਂ ਦੇ ਨਾਮ ਲਿਖੋ ਉੱਤਰ ਹੈ ਸੌਣੀ ਜਾਂ ਖਰੀਫ ਦੇ ਮੌਸਮ ਦੇ ਵਿੱਚ ਬੀਜੀਆਂ ਜਾਣ ਵਾਲੀਆਂ ਫਸਲਾਂ ਹਨ ਉਨਾ ਜੂ ਆਰ ਬਾਜਰਾ ਮੱਕੀ ਮੂੰਗਫਲੀ ਪਟਸਨ ਅਤੇ ਕਪਾ ਦਨ ਹੈਗਾ ਹਾੜੀ ਦੀਆਂ ਅਰਬੀ ਰਵੀ ਸੋਰੀ ਰਵੀ ਦੇ ਮੌਸਮ ਦੇ ਵਿੱਚ ਕਿਹੜੀਆਂ-ਕਿਹੜੀਆਂ ਫਸਲਾਂ ਬੀਜੀਆਂ ਜਾਂਦੀਆਂ ਹਨ ਆਨਸਰ ਹੈ ਹਾੜੀ ਜਾਂ ਰਵੀ ਦੇ ਫਸਲ ਜਿਹੜੀਆਂ ਨੇ ਉਹਦੇ ਵਿੱਚ ਕਣਕ ਛੋਲੇ ਸਰੋਂ ਤੋਰੀਆਂ ਅਤੀਰ ਜਾਂ ਫਸਲਾਂ ਜਿਹੜੀਆਂ ਬੀਜੀਆਂ ਜਾਂਦੀਆਂ ਹਨ ਨੈਕਸਟ ਹੈਗਾ ਵਾ ਹਰੀ ਖਾਦ ਕੀ ਹੁੰਦੀ ਹੈ ਆਨਸਰ ਹੈ ਹਰੀ ਖਾਦ ਪੁੱਖਾ ਪੌਦਿਆਂ ਦੇ ਪੱਤੇ ਦੇ ਗਲਣਸਲਣ ਨਾਲ ਬਣਦੀ ਹੈ ਅਤੇ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਵਧਾਉਂਦੀ ਹੈ ਜਿਹਨੂੰ ਅਸੀਂ ਕੀ ਕਹਿ ਦਿੰਦੇ ਆ ਵੀ ਜਿਵੇਂ ਨਾਰਮਲ ਖਾਦ ਹੁੰਦੀਆਂ ਨੇ ਜਾਂ ਆਰਗੇਨਿਕ ਖਾਦ ਜਿਹਨੂੰ ਕਿਹਾ ਜਾਂਦਾ ਵਾ ਉਹ ਹੁੰਦੀਆਂ ਨੇ ਇਹ ਜਿਵੇਂ ਗੋਹੇ ਦੇ ਨਾਲ ਜਾਂ ਜਿਹੜੇ ਪੱਤੇ ਹੁੰਦੇ ਆ ਉਹਨਾਂ ਦੇ ਗਲਣਸਲਣ ਨਾਲ ਜਿਹੜੀ ਬਣ ਜਾਂਦੀ ਹੈ ਜਿਹੜੀ ਕਿ ਪਾਉਣ ਦੇ ਨਾਲ ਮਿੱਟੀ ਜਿਹੜੀ ਉਪਜਾਊ ਸ਼ਕਤੀ ਉਹ ਵੱਧ ਜਾਂਦੀ ਹੈ ਨੈਕਸਟ ਆਏਗਾ ਵਾ ਰਸਾਇਣਿਕ ਖਾਦ ਅਤੇ ਖਾਦਾਂ ਦੇ ਵਿੱਚ ਕੀ ਅੰਤਰ ਹੈ ਉੱਤਰ ਹੈ ਜਿਹੜੀਆਂ ਰਸਾਇਣਿਕ ਖਾਦਾਂ ਹੁੰਦੀਆਂ ਨੇ ਉਹ ਰਸਾਇਣਿਕ ਪਦਾਰਥ ਹੁੰਦੇ ਹਨ ਇਹ ਭੂਮੀ ਦੇ ਕਿਸੇ ਵਿਸ਼ੇਸ਼ ਤੱਤ ਦੀ ਘਾਟ ਨੂੰ ਪੂਰਾ ਕਰਦੇ ਹਨ ਇਸ ਦੇ ਉਲਟ ਖਾਦ ਪੇੜ ਪੌਦੇ ਅਤੇ ਪਸ਼ੂਆਂ ਦੇ ਗੋਬਰ ਤੋਂ ਪ੍ਰਾਪਤ ਹੁੰਦੀ ਹੈ ਇਹ ਵੀ ਭੂਮੀ ਦੀ ਉਪਜਾਊ ਸ਼ਕਤੀ ਨੂੰ ਵਧਾਉਂਦੀ ਹੈ ਯਾਨੀ ਕਿ ਰਸਾਇਣਿਕ ਖਾਦਾਂ ਹੁੰਦੀਆਂ ਨੇ ਉਹ ਸਿਰਫ ਇੱਕ ਪਾਰਟਿਕੂਲਰ ਚਲ ਸਿੱਕੇ ਪਰਟੀਕੂਲਰ ਜਿਹੜੇ ਫਰਟੀਲਾਈਜ਼ ਹੁੰਦੀਆਂ ਜਾਂ ਫਰਟਾਈਲ ਹੁੰਦੀਆਂ ਉਹਦੇ ਲਈ ਹੀ ਵਰਤੇ ਜਾਂਦੇ ਆ ਇਹਦੇ ਵਿੱਚ ਕੈਮੀਕਲ ਯੂਜ਼ ਕੀਤੇ ਜਾਂਦੇ ਆ ਇਹ ਉਹਦੀ ਘਾਟ ਨੂੰ ਜਿਹੜਾ ਪੂਰਾ ਦਾ ਕਰ ਦਿੰਦੀਆਂ ਨੇ ਬਟ ਇਹਦੇ ਸਾਈਡ ਇਫੈਕਟ ਬਹੁਤ ਜ਼ਿਆਦਾ ਹੁੰਦੇ ਆ ਬਟ ਜਿਹੜੇ ਸਾਡੀ ਖੇਤੀਬਾੜੀ ਜਾਂ ਪੇੜ ਪੌਦਿਆਂ ਦਾ ਜਾਂ ਪਸ਼ੂਆਂ ਦੇ ਗੋਬਰ ਤੋਂ ਜਿਹੜੀ ਖਾਦ ਬਣਾਈ ਜਾਂਦੀ ਆ ਆਰਗੇਨਿਕ ਹੁੰਦੀ ਆ ਤੇ ਇਹਦੇ ਨਾਲ ਉਪਜਾਊ ਸ਼ਕਤੀ ਵੱਧਦੀ ਆ ਤੇ ਸਾਨੂੰ ਵੀ ਜ਼ਿਆਦਾ ਹਾਨ ਨਹੀਂ ਹੁੰਦਾ ਨੈਕਸਟ ਹੈਗਾ ਫਿਫਥ ਕੁਐਸਚਨ ਭਾਰਤ ਖੇਤੀ ਉਤਪਾਦਨ ਕਿਸ ਨੂੰ ਕਹਿੰਦੇ ਆ ਵੀ ਜਿਹੜਾ ਖੇਤੀ ਉਤਪਾਦਨ ਕਿਹਨੂੰ ਕਿਹਾ ਜਾਂਦਾ ਵਾ ਉੱਤਰ ਹੈ ਖੇਤੀ ਉਤਪਾਦਨ ਤੋਂ ਭਾਵ ਪ੍ਰਤੀ ਹੈਕਟੇਅਰ ਭੂਮੀ ਦੇ ਵਿੱਚ ਪ੍ਰਾਪਤ ਖੇਤੀ ਉਪਜਾਂ ਖੇਤੀ ਦਾ ਕੁੱਲ ਉਤਪਾਦਨ ਹੈ ਨੈਕਸਟ ਸਵਾਲ ਦੁੱਧਾਰੂ ਪਸ਼ੂ ਕੀ ਹੁੰਦੇ ਹਨ ਉੱਤਰ ਹੈ ਉਹ ਪਸ਼ੂ ਜਿਨ੍ਹਾਂ ਤੋਂ ਸਾਨੂੰ ਦੁੱਧ ਮਿਲਦਾ ਹੈ ਦੁੱਧਾਰੂ ਪਸ਼ੂ ਕਹਾਉਂਦੇ ਹਨ ਗਾਂ ਮੱਝ ਦੁੱਧਾਰੂ ਪਸ਼ੂ ਹਨ ਨੈਕਸਟ ਹੈਗਾ ਵਾ ਸਨਵੀ ਜ਼ਮੀਨ ਕੀ ਹੁੰਦੀ ਹੈ ਉੱਤਰ ਹੈ ਸਨਵੀ ਜ਼ਮੀਨ ਉਹ ਜ਼ਮੀਨ ਹੁੰਦੀ ਹੈ ਜਿਸ ਵਿੱਚੋਂ ਦੋ ਜਾਂ ਤਿੰਨ ਸਾਲਾਂ ਤੱਕ ਕੇਵਲ ਇੱਕ ਹੀ ਫਸਲ ਉਗਾਈ ਜਾਂਦੀ ਹੈ ਵੀ ਉਹ ਵਾਲੀ ਵਿੱਚ ਭੂਮੀ ਹੁੰਦੀ ਹੈ ਜਿੱਥੇ ਅਸੀਂ ਕੀ ਆ ਇੱਕ ਜਾਂ ਦੋ ਸਾਲਾਂ ਦੇ ਵਿੱਚ ਸਿਰਫ ਇੱਕ ਹੀ ਫਸਲ ਉਗਾ ਸਕਦੇ ਹਾਂ ਫਿਰ ਉਹਨੂੰ ਸਾਨੂੰ ਖਾਲੀ ਛੱਡਣਾ ਪੈਂਦਾ ਵਾ ਤਾਂ ਜੋ ਕੀ ਉਹਦੀ ਉਪਜਾਊ ਸ਼ਕਤੀ ਫੇਰ ਵੱਧ ਜਾਵੇ ਤੇ ਅਸੀਂ ਨੈਕਸਟ ਈਅਰ ਫੇਰ ਉਹਦੇ ਵਿੱਚ ਜਿਹੜੀ ਚੀਜ਼ ਆ ਬੀਜ ਸਕੀਏ ਨੈਕਸਟ ਹੈਗਾ ਵਾ ਭਾਰਤ ਦੇ ਵਿੱਚ ਕਿੰਨੇ ਪ੍ਰਤੀਸ਼ਤ ਦੇ ਵਿੱਚ ਬਣ ਮਿਲਦੇ ਹਨ ਉੱਤਰ ਹੈ ਭਾਰਤ ਦੇ ਵਿੱਚ 20% ਭਾਗ ਦੇ ਵਿੱਚ ਬਣ ਪਾਏ ਜਾਂਦੇ ਹਨ ਦੈਨ ਨਵਾਂ ਕੁਐਸਚਨ ਹੈ ਵਿਗਿਆਨਿਕ ਪੱਖ ਤੋਂ ਦੇਸ਼ ਦੇ ਵਿੱਚ ਕਿੰਨੇ ਹਿੱਸਿਆਂ ਦੇ ਵਿੱਚ ਜੰਗਲਾਂ ਦਾ ਹੋਣਾ ਜ਼ਰੂਰੀ ਹੈ ਉੱਤਰ ਹੈ ਜਿਹੜਾ ਮੈਗਾਨਿਕ ਪੱਖ ਤੇ ਉੱਤੇ ਦੇਸ਼ ਦੇ ਵਿੱਚ 33% ਜੰਗਲਾਂ ਦਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਆ ਪਰ ਸਾਡੇ ਕੋਲ ਕਿੰਨੇ ਨੇ 20% ਹੀ ਜੰਗਲ ਰਹਿ ਗਏ ਨੇ ਨੈਕਸਟ ਹੈਗਾ ਵਾ ਪੰਜਾਬ ਦੇ ਵਿੱਚ ਜੰਗਲਾਂ ਹੇਠ ਕਿੰਨੇ ਪ੍ਰਤੀਸ਼ਤ ਰਕਬਾ ਆਉਂਦਾ ਹੈ ਉੱਤਰ ਹੈ ਪੰਜਾਬ ਦੇ ਵਿੱਚ 57% ਹਿੱਸੇ ਦੇ ਵਿੱਚ ਜੰਗਲ ਹਨ ਵੀ ਯਾਨੀ ਕਿ ਸਾਡੇ 57% ਇਹੋ ਜਿਹਾ ਹਿੱਸਾ ਵਾ ਵੀ ਉੱਥੇ ਜੰਗਲ ਹੀ ਨੇ ਤਾਂ ਹੀ ਇੱਥੇ ਪੰਜਾਬ ਦੇ ਵਿੱਚ ਜਿਹੜਾ ਮੌਸਮ ਆ ਉਹ ਜ਼ਿਆਦਾ ਠੰਡ ਦੇ ਵਿੱਚ ਜ਼ਿਆਦਾ ਠੰਡਾ ਨਹੀਂ ਹੁੰਦਾ ਤੇ ਗਰਮੀਆਂ ਵਿੱਚ ਜ਼ਿਆਦਾ ਗਰਮ ਨਹੀਂ ਹੁੰਦਾ ਨੈਕਸਟ ਆਏਗਾ ਵਾ ਸੰਸਾਰ ਦੇ ਵਿੱਚ ਖੇਤੀਯੋਗ ਭੂਮੀ ਦੀ ਪਰਸ਼ੀਤ ਕਿੰਨੇ ਕਿੰਨੀ ਹੈ ਸੰਸਾਰ ਦੇ ਵਿੱਚ ਸਿਰਫ 10% ਭੂਮੀ ਖੇਤੀਯੋਗ ਹੈ ਬਾਕੀ ਜਿਹੜੀ ਜ਼ਮੀਨਾਂ ਨੇ ਉਹ ਜ਼ਿਆਦਾ ਵਧੀਆ ਨਹੀਂ ਹੁੰਦੀਆਂ ਤੇ ਉਹਨੂੰ ਫਰਟਾਈਲ ਬਣਾਉਣ ਦੇ ਲਈ ਕਾਫੀ ਚੀਜ਼ਾਂ ਕਰਨੀਆਂ ਪੈਂਦੀਆਂ ਨੇ ਨੈਕਸਟ ਆਏਗਾ ਵਾ ਭਾਰਤ ਦੇ ਵਿੱਚ ਕਿੰਨੇ ਫੀਸਤੀ ਜ਼ਮੀਨ ਖੇਤੀ ਕਰਨ ਦੇ ਯੋਗ ਹੈ ਉੱਤਰ ਆ ਭਾਰਤ ਦੇ ਵਿੱਚ 51% ਜਿਹੜੀ ਜ਼ਮੀਨ ਆ ਉਹ ਤੇ ਤੇ ਸਿਰਫ ਖੇਤੀ ਕਰ ਸਕਦੇ ਆ ਬਾਕੀ 49% ਜ਼ਮੀਨ ਜਿਹੜੀ ਐਦਾਂ ਦੀ ਆ ਜਿਹਦੇ ਵਿੱਚ ਅਸੀਂ ਖੇਤੀ ਵੀ ਨਹੀਂ ਕਰ ਸਕਦੇ ਨੈਕਸਟ ਹੈਗਾ ਵਾ ਦੇਸ਼ ਦੇ ਵਿੱਚ ਸਭ ਤੋਂ ਵੱਧ ਕਣਕ ਕਿਸ ਰਾਜ ਦੇ ਵਿੱਚ ਪੈਦਾ ਹੁੰਦੀ ਹੈ ਉੱਤਰ ਹੈ ਉੱਤਰ ਪ੍ਰਦੇਸ਼ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੀ ਕਣਕ ਉਤਪਾਦਨ ਹੁੰਦਾ ਵਾ ਨੈਕਸਟ ਹੈਗਾ ਵਾ ਸਾਰਜਨਿਕ ਬੰਡ ਪ੍ਰਣਾਲੀ ਵਿੱਚ ਦੇਸ਼ ਦੇ ਸਭ ਤੋਂ ਵੱਧ ਕਣਕ ਕਿਹੜਾ ਰਾਜ ਪੈਦਾ ਕਰਦਾ ਹੈ ਉੱਤਰ ਹੈ ਸਾਰਜਨਿਕ ਬੰਡ ਪ੍ਰਣਾਲੀ ਵਿੱਚ ਸਭ ਤੋਂ ਜ਼ਿਆਦਾ ਜਿਹੜਾ ਕਣਕ ਆ ਉਹ ਕਿੱਥੋਂ ਨਿਕਲਦੀ ਹੈ ਪੰਜਾਬ ਤੋਂ ਹੀ ਪ੍ਰਾਪਤ ਹੁੰਦੀ ਹੈ ਨੈਕਸਟ ਹੈਗਾ ਵਾ ਦੇਸ਼ ਦੇ ਵਿੱਚ ਸ਼ੁੱਧ ਬੀਜਾਂ ਬੀਜੀਆਂ ਗਈਆਂ ਖੇਤਰਫਲ ਕਿੰਨੇ ਪ੍ਰਤੀਸ਼ਤ ਹੈ ਉੱਤਰ ਹੈ ਭਾਰਤ ਦੇ ਵਿੱਚ ਸ਼ੁੱਧ ਬੀਜੀਆਂ ਗਈਆਂ ਫਸਲਾਂ ਦਾ ਜਿਹੜਾ ਖੇਤਰ ਆ ਉਹ ਹੈਗਾ ਵਾ 47% ਸੌਰੀ ਉੱਥੇ 47% ਆਉਣਾ ਸੀ ਨੈਕਸਟ ਹੈਗਾ ਵਾ ਰਾਹਕਾਰਾਂ ਹੀਠ ਜ਼ਮੀਨਾਂ ਦੇ ਵਿੱਚ ਘਾਟ ਘਾਟ ਜਾਣ ਕਾਰਨ ਇੱਕ ਪ੍ਰਮੁੱਖ ਕਾਰਕ ਕੀ ਹੈ ਨੈਕਸਟ ਹੈ ਉੱਤਰ ਹੈ ਦੇਸ਼ ਦੇ ਵਿੱਚ ਵਧਦੀ ਹੋਈ ਜਨਸੰਖਿਆ ਦੀ ਜ਼ਰੂਰਤਾਂ ਨੂੰ ਪੂਰੀਆਂ ਕਰਨ ਦੇ ਲਈ ਚਾਹਗਾ ਚਾਰਾਗਾਹ ਦੇ ਵਿੱਚ ਜਿਹੜੀਆਂ ਖੇਤੀਯੋਗ ਭੂਮੀਆਂ ਨੇ ਉਹਨੂੰ ਖੇਤੀ ਦੇ ਵਿੱਚ ਬਦਲ ਲਿਆ ਗਿਆ ਤਾਂ ਕਰਕੇ ਜਿਹੜਾ ਚਾਰਾਗਾਹ ਵਾ ਯਾਨੀ ਕਿ ਜਿਹੜੀ ਪਸ਼ੂਆਂ ਨੂੰ ਚਰਾਉਣ ਵਾਲੀ ਜਗ੍ਹਾ ਸੀ ਉਹ ਹੁਣ ਖਤਮ ਹੁੰਦੀ ਜਾ ਰਹੀ ਹੈ ਨੈਕਸਟ ਹੈਗਾ ਵਾ ਨੈਤਿਕ ਪੱਖ ਤੋਂ ਭਾਰਤ ਪੰਜਾਬ ਦੇ ਵਿੱਚ ਕਿੰਨੇ ਫੀਸਦੀ ਹੋਰ ਜ਼ਮੀਨ ਜੰਗਲਾਂ ਦੀ ਖੇਤੀ ਜੰਗਲ ਸੌਰੀ ਜੰਗਲ ਜੰਗਲੀ ਖੇਤਰ ਹੋਣਾ ਚਾਹੀਦਾ ਹੈ ਉੱਤਰ ਹੈ ਨੈਤਿਕ ਪੱਖ ਤੇ ਭਾਰਤ ਦੇ ਵਿੱਚ 27 ਫੀਸਦੀ ਜਿਹੜੀ ਜ਼ਮੀਨ ਆ ਉਹ ਜੰਗਲਾਂ ਦੇ ਹੇਠ ਹੋਣੀ ਚਾਹੀਦੀ ਆ ਨਹੀਂ ਫਿਰ ਪੰਜਾਬ ਦੇ ਵਿੱਚ ਜਿਹੜੀ ਆ ਉਪਜਾਊ ਸ਼ਕਤੀ ਆ ਉਹਦੀ ਮਿੱਟੀ ਦੀ ਉਹ ਕਟਣੀ ਸ਼ੁਰੂ ਹੋ ਜੂਗੀ ਨੈਕਸਟ ਹੈਗਾ ਵਾ 1991 ਦੇ ਵਿੱਚ ਭਾਰਤ ਦੇ ਵਿੱਚ ਪ੍ਰਤੀ ਵਿਅਕਤੀ ਪ੍ਰਤੀ ਦਿਨ ਖਾਦ ਪਦਾਰਥਾਂ ਦੀ ਪ੍ਰਾਪਤੀ ਕਿੰਨੀ ਸੀ ਉੱਤਰ ਹੈ 1991 ਦੇ ਵਿੱਚ ਪ੍ਰਤੀ ਵਿਅਕਤੀ ਪ੍ਰਤੀ ਖਾਦ ਪਦਾਰਥਾਂ ਦੀ ਦੀ ਪ੍ਰਾਪਤੀ 50 ਗ੍ਰਾਮ ਸੀ 19ਵਾਂ ਹੈ ਭਾਰਤ ਦੇ ਵਿੱਚ ਖੇਤੀਬਾੜੀ ਘਣਤਾ ਕਿੰਨੀ ਹੈ ਉੱਤਰ ਹੈ ਭਾਰਤ ਦੇ ਵਿੱਚ ਖੇਤੀਬਾੜੀ ਘਣਤਾ 432 ਵਿਅਕਤੀ ਪ੍ਰਤੀ ਵਰਗ ਕਿਲੋਮੀਟਰ ਹੈ। ਨੈਕਸਟ ਹੈਗਾ ਵਿਮਾ ਦੇਸ਼ ਦੇ ਵਿੱਚ ਪ੍ਰਤੀ ਵਿਅਕਤੀ ਖੇਤੀਯੋਗ ਜ਼ਮੀਨ ਦਾ ਔਸਤ ਕਿੰਨਾ ਹੈ? ਉੱਤਰ ਹੈ 2011 ਦੇ ਵਿੱਚ ਜਨਗਣਨਾ ਅਨੁਸਾਰ ਦੇਸ਼ ਦੇ ਵਿੱਚ ਪ੍ਰਤੀ ਵਿਅਕਤੀ ਖੇਤੀਯੋਗ ਭੂਮੀ ਦੀ ਔਸਤ ਜਿਹੜੀ ਆ ਉਹ 0.17 ਹੈਕਟੇਅਰ ਦੇ ਲਗਭਗ ਹੈ। ਇਕਿਮਾਵਾ ਚੌਲ ਦੇ ਉਤਪਾਦਨ ਵਿੱਚ ਸਭ ਤੋਂ ਵੱਡਾ ਰਾਜ ਦਾ ਨਾਂ ਕੀ ਹੈ? ਉੱਤਰ ਹੈ ਝੋਨੇ ਦਾ ਜਾ ਚੌਲ ਦਾ ਉਤਪਾਦਨ ਦੇ ਵਿੱਚ ਸਭ ਤੋਂ ਵੱਡਾ ਰਾਜ ਜਿਹੜਾ ਵਾ ਉਹ ਪੱਛਮੀ ਬੰਗਾਲ ਹੈ ਨੈਕਸਟ ਹੈਗਾ ਵਾ ਪੰਜਾਬ ਪ੍ਰਤੀ ਹੈਕਟੇਅਰ ਕਣਕ ਦਾ ਕਣਕ ਦੀ ਪੈਦਾਵਾਰ ਦਾ ਹਿਸਾਬ ਨਾਲ ਦੇਸ਼ ਦੇ ਕਿਹੜੇ ਸਥਾਨ ਤੇ ਆਉਂਦਾ ਹੈ ਉੱਤਰ ਹੈ ਪਹਿਲੇ ਸਥਾਨ ਦੇ ਉੱਤੇ ਵੀ ਪਹਿਲੇ ਸਥਾਨ ਦੇ ਉੱਤੇ ਸਾਡੇ ਜਿਹੜੀ ਕਣਕ ਦੀ ਪੈਦਾਵਾਰ ਆ ਉਹ ਸਭ ਤੋਂ ਜ਼ਿਆਦਾ ਹੁੰਦੀ ਹੈ ਹੋਰ ਹੋਰ ਪ੍ਰਦੇਸ਼ਾਂ ਦੇ ਨਾਲ ਨੈਕਸਟ ਹੈਗਾ ਵਾ ਦਾਲਾਂ ਦੇ ਉਤਪਾਦਨ ਦੇ ਵਿੱਚ ਭਾਰਤ ਦਾ ਸੰਸਾਰ ਦੇ ਵਿੱਚ ਕਿਹੜਾ ਸਥਾਨ ਹੈ ਦਾਲਾਂ ਦੇ ਉਤਪਾਦਨ ਦੇ ਵਿੱਚ ਭਾਰਤ ਦਾ ਪਹਿਲਾ ਸਥਾਨ ਮੰਨਿਆ ਜਾਂਦਾ ਕਿਉਂਕਿ ਭਾਰਤ ਜਿਹੜਾ ਵਾ ਇੱਥੇ ਸਭ ਤੋਂ ਜ਼ਿਆਦਾ ਜੜੀ ਦਾਲਾਂ ਨੇ ਉਹ ਬਣਦੀਆਂ ਨੇ ਜਾਉਗਾਈਆਂ ਜਾਂਦੀਆਂ ਨੇ ਨੈਕਸਟ ਹੈਗਾ ਵਾ ਪੰਜਾਬ ਦੇ ਵਿੱਚ ਹਰੀ ਕ੍ਰਾਂਤੀ ਤੋਂ ਬਾਅਦ ਦਾਲਾਂ ਦੇ ਉਤਪਾਦਨ ਖੇਤਰ ਦੇ ਵਿੱਚ ਕਿਸ ਤਰ੍ਹਾਂ ਦੀ ਤਬਦੀਲੀ ਆਈ ਹਰੀ ਕ੍ਰਾਂਤੀ ਤੋਂ ਬਾਅਦ ਜਿਹੜੇ ਦਾਲਾਂ ਦਾ ਉਤਪਾਦਨ ਸੀ ਉਹ 9 ਲੱਖ 3 ਲੱਖ ਹੈਕਟੇਅਰ ਤੋਂ ਘਟਾ ਕੇ 9.5 ਹਜ਼ਾਰ ਹੈਕਟੇਅਰ ਰਹਿ ਗਿਆ ਭ意ਜਣ ਕਿ ਪੰਜਾਬ ਦੇ ਵਿੱਚ ਜਿਹੜੀ ਸੀਗੀ ਦਾਲਾਂ ਦੀ ਜਿਹੜੀ ਕਾਸ਼ਤ ਸੀ ਜਾਂ ਦਾਲਾਂ ਦੇ ਜਿਹੜੇ ਉਤਪਾਦਨ ਸੀ ਉਹ ਘਟਾਉਣ ਲੱਗੇ ਹੁਣ ਜਿਹੜੀਆਂ ਦੂਜੀਆਂ ਫਸਲਾਂ ਨੇਵੇਂ ਕਣਕ ਚੌਲ ਇਹ ਚੀਜ਼ਾਂ ਨੂੰ ਜ਼ਿਆਦਾ ਵੇਚਿਆ ਜਾਣ ਲੱਗਿਆ ਨੈਕਸਟ ਹੈਗਾ ਵਾ ਵੀ 21ਵੀਂ ਸਦੀ ਦੇ ਅੰਤ ਤੱਕ ਭਾਰਤ ਦੇ ਵਿੱਚ ਜਨਸੰਖਿਆ ਦਾ ਕਿੰਨੇ ਖਾਦ ਅਨਾਜ ਖਾਦ ਅਨਪਦਾਰਥਾਂ ਦੀ ਜ਼ਰੂਰਤ ਪਵੇਗੀ ਉੱਤਰ ਹੈ 21ਵੀਂ ਸਦੀ ਦੇ ਅੰਤ ਤੱਕ ਵੀ ਜਿਹੜਾ ਭਾਰਤ ਦੇ ਵਿੱਚ ਜਨਸੰਖਿਆ ਦਾ ਜਿਹੜਾ ਤਕਰੀਬਨ 160 ਤੋਂ ਲੈ ਕੇ 70 ਕਰੋੜ ਦੇ ਵਿੱਚ ਘਾਰ ਨੂੰ 40 ਲੱਖ 40 ਕਰੋੜ ਟਨ ਖਾਦ ਪਦਾਰਥਾਂ ਦੀ ਜਿਹੜੀ ਜ਼ਰੂਰਤ ਉਹ ਪਵੇਗੀ ਨੈਕਸਟ ਆਏਗਾ ਵਾ ਭਾਰਤ ਦੇ ਵਿੱਚ ਖੇਤੀ ਦੇ ਅਜੋਕੇ ਸਮੇਂ ਦੇ ਵਿੱਚ ਕੋਈ ਤਿੰਨ ਪ੍ਰਮੁੱਖ ਸਮੱਸਿਆਵਾਂ ਦੱਸੋ ਉੱਤਰ ਵੀ ਭੂਮੀ ਅਤੇ ਜਨਸੰਖਿਆ ਦੇ ਵਿੱਚ ਭਾਰੀ ਦਬਾਅ ਖੇਤੀਬਾੜੀ ਭੂਮੀ ਦਾ ਅਸਮਾਨ ਵੰਡ ਕਿਸਾਨਾਂ ਦਾ ਅਨਪੜ ਹੋਣਾ ਅਤੇ ਭੂਮੀਗਤ ਜਲ ਜਲ ਸਾਧਨਾ ਵਿੱਚ ਗਿਰਾਵਟ ਹੋਣਾ ਤਾਂ ਕਰਕੇ ਜਿਹੜੇ ਨੇ ਉਹ ਜਿਹੜੀ ਸਾਡੀ ਅੱਜ ਦੀ ਚੈਮ ਦੇ ਵਿੱਚ ਭਾਰਤ ਦੀ ਜਿਹੜੀ ਖੇਤੀ ਆ ਉਹ ਹਮੇਸ਼ਾ ਇਹ ਤਿੰਨ ਜਿਹੜੀਆਂ ਮੇਨ ਪ੍ਰੋਬਲਮਾਂ ਨੇ ਉਹਨਾਂ ਨਾਲ ਸਫਰ ਕਰਦੀ ਰਹਿੰਦੀ ਹੈ ਨੈਕਸਟ ਹੈਗਾ ਵਾ ਸੰਸਾਰ ਦੇ ਵਿੱਚ ਭਾਰਤ ਦੇ ਗੰਨੇ ਦੇ ਉਤਪਾਦਨ ਵਿੱਚ ਕੀ ਸਥਾਨ ਹੈ ਭਾਰਤ ਦਾ ਜਿਹੜਾ ਗੰਨੇ ਦੇ ਉਤਪਾਦਨ ਦੇ ਵਿੱਚ ਆ ਸੰਸਾਰ ਦੇ ਵੀ ਦੂਜੇ ਨੰਬਰ ਤੇ ਆਉਂਦੀ ਹੈ ਇੱਥੇ ਸਭ ਤੋਂ ਜ਼ਿਆਦਾ ਜਿਹੜੀ ਸ਼ੂਗਰ ਆ ਉਹ ਵੀ ਪ੍ਰੋਡਿਊਸ ਕੀਤੀ ਜਾਂਦੀ ਹੈ ਨੈਕਸਟ ਹੈਗਾ ਵਾ ਤੇਲ ਬੀਜ ਫਸਲਾਂ ਦਾ ਨਾਂ ਦੱਸੋ ਤੇਲ ਬੀਜ ਫਸਲ ਹਨ ਜਿਵੇਂ ਮੂੰਗਫਲੀ ਸਰੋਂ ਤੋਰੀਆਂ ਸੂਰਜਮੁਖੀ ਦੇ ਬੀਜ ਬੀ ਨੌਲਾ ਜਿਵੇਂ ਨਾਰੀਅਲ ਆਦਿ ਇਹਨਾਂ ਤੋਂ ਜਿਹੜਾ ਵਾ ਸਾਨੂੰ ਤੇਲ ਪ੍ਰਾਪਤ ਹੁੰਦਾ ਹੈ ਨੈਕਸਟ ਆਏਗਾ ਵਾ ਬੁੰਗਫਲੀ ਦੀ ਸਭ ਤੋਂ ਵੱਧ ਉਤਪਾਦਨ ਕਰਨ ਵਾਲੇ ਦੋ ਰਾਜ ਕਿਹੜੇ ਨੇ ਬੁੰਗਫਲੀ ਦਾ ਸਭ ਤੋਂ ਜ਼ਿਆਦਾ ਉਤਪਾਦਨ ਹੁੰਦਾ ਗੁਜਰਾਤ ਤੇ ਮਹਾਰਾਸ਼ਟਰ ਦੇ ਵਿੱਚ ਨੈਕਸਟ ਆਏਗਾ ਵਾ ਤੇਲ ਬੀਜ ਉਤਪਾਦਨ ਦੇ ਖੇਤਰਫਲ ਵਿੱਚ ਕਿਹੜੇ ਦਹਾਕੇ ਦੇ ਵਿੱਚ ਦੇਸ਼ ਦੀ ਸਭ ਤੋਂ ਵੱਧ ਜਨਸੰਖਿਆ ਸਭ ਤੋਂ ਵੱਧ ਹੋਇਆ ਹੈ ਤੇਲ ਉਤਪਾਦਨ ਦਾ ਲਗਭਗ ਜਿਹੜਾ 1980 ਤੋਂ ਲੈ ਕੇ 1990 ਦੇ ਦਹਾਕੇ ਦੇ ਵਿੱਚ ਸਭ ਤੋਂ ਜ਼ਿਆਦਾ ਵਾਧਾ 82 ਇਸ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜਾ ਤੇਲ ਬੀਜਾਂ ਜਿਹੜਾ ਉਤਪਾਦਨ ਸੀ ਉਹ ਕੀਤਾ ਗਿਆ ਨੈਕਸਟ ਆਏਗਾ ਵਾ ਦੇਸ਼ ਦੇ ਵਿੱਚ ਮੁੱਖ ਕਪਾਹ ਉਤਪਾਦਕ ਰਾਜ ਕਿਹੜੇ-ਕਿਹੜੇ ਹਨ ਦੇਸ਼ ਦੇ ਵਿੱਚ ਮੁੱਖ ਜਿਹੜੇ ਕਪਾਹ ਉਤਪਾਦਕ ਹਨ ਉਹ ਹੈਗਾ ਮਹਾਰਾਸ਼ਟਰ ਗੁਜਰਾਤ ਪੰਜਾਬ ਸਿਮਾਤਰ ਤੇਲੰਗਾਨਾ ਹਰਿਆਣਾ ਰਾਜਸਥਾਨ ਕਰਨਾਟਕ ਬਦਪਰਦੇਸ਼ ਅਤੇ ਤਾਮਿਲਨਾਡੂ ਜਿੱਥੇ ਨੇ ਜਿੱਥੇ ਸਭ ਤੋਂ ਜ਼ਿਆਦਾ ਕਪਾਹ ਜਿਹੜੀ ਆ ਉਗਾਈ ਜਾਂਦੀ ਆ ਨੈਕਸਟ ਆਏਗਾ ਵਾ ਕਪਾਹ ਦੀ ਪ੍ਰਤੀ ਹੈਕਟੇਅਰ ਪੈਦਾਵਾਰ ਕਿੰਨੀ ਹੈ ਕਪਾਹ ਦੀ ਜਿਹੜੀ ਪ੍ਰਤੀ ਵਿਅਕਤੀ ਹੈਕਟੇਅਰ ਹੈਗੀ ਆ 249 ਕਿਲੋਮੀਟਰ ਹੈ ਕਿਲੋਗ੍ਰਾਮ ਸੌਰੀ ਕਿਲੋਗ੍ਰਾਮ ਹੈ ਆਲੂ ਦਾ ਮੁੱਖ ਉਤਪਾਦਕ ਰਾਜ ਕਿਹੜੇ-ਕਿਹੜੇ ਹਨ ਆਲੂ ਦਾ ਜਿਹੜਾ ਸਭ ਤੋਂ ਜ਼ਿਆਦਾ ਉਤਪਾਦਨ ਹੁੰਦਾ ਉਹ ਉੱਤਰ ਪ੍ਰਦੇਸ਼ ਪੱਛਮੀ ਬੰਗਾਲ ਤੇ ਬਿਹਾਰ ਅਤੇ ਪੰਜਾਬ ਦੇ ਵਿੱਚ ਹੁੰਦਾ ਵਾ ਪੰਜਾਬ ਦੇ ਵਿੱਚ ਮੁੱਖ ਆਲੂ ਪੈਦਾ ਕਰਨ ਵਾਲੇ ਕਿਹੜੇ ਜ਼ਿਲ੍ਹੇ ਆ ਨਾਮ ਲਿਖੋ ਵੀ ਭਾਰਤ ਪੰਜਾਬ ਦੇ ਵਿੱਚ ਜਿਹੜੇ ਸਭ ਤੋਂ ਵੱਧ ਜਿਹੜੇ ਆਲੂ ਪਾਦਨ ਕਰਦੇ ਆ ਉਹ ਹੈਗਾ ਚਲੰਦਰ ਹੁਸ਼ਿਆਰਪੁਰ ਪਟਿਆਲਾ ਅਤੇ ਲੁਧਿਆਣਾ ਦੇ ਵਿੱਚ ਸਭ ਤੋਂ ਜ਼ਿਆਦਾ ਆਲੂ ਉਤਪਾਦਨ ਕੀਤਾ ਜਾਂਦਾ ਨੈਕਸਟ ਆਏਗਾ ਵਾ ਪਸ਼ੂ ਪਾਲਣ ਖੇਤਰ ਦੇ ਵਿੱਚ ਖੇਤੀ ਖੇਤਰ ਦੇ ਵਿੱਚ ਪ੍ਰਾਪਤ ਕੁੱਲ ਆਮਦਨ ਦਾ ਕਿੰਨਾ ਪ੍ਰਤੀਸ਼ਤ ਹੁੰਦਾ ਹੈ ਉੱਤਰ ਹੈ ਇੱਕ ਅਨੁਮਾਨ ਅਨੁਸਾਰ ਵੀ ਜਿਹੜੀ ਖੇਤੀ ਖੇਤਰ ਦਾ ਕੁੱਲ ਉਤਪਾਦਨ ਦਾ 1/4 ਤੋਂ ਵੀ ਵੱਧ ਹਿੱਸਾ ਜਿਹੜਾ ਵਾ ਪਸ਼ੂ ਪਾਲਣ ਦੇ ਖੇਤਰ ਦੇ ਵਿੱਚ ਪ੍ਰਾਪਤ ਹੁੰਦਾ ਹੈ ਨੈਕਸਟ ਹੈਗਾ ਵਾ ਪਸ਼ੂ ਧਨ ਵਿੱਚ ਪੰਜਾਬ ਦਾ ਦੇਸ਼ ਦੇ ਵਿੱਚ ਕਿਹੜਾ ਕਿਹ ਸਥਾਨ ਹੈ ਵੀ ਪਸ਼ੂ ਧਨ ਦੇ ਵਿੱਚ ਜਿਹੜਾ ਭਾਰਤ ਜਿਹੜਾ ਪੰਜਾਬ ਆ ਉਹਦਾ ਸਥਾਨ ਜਿਹੜਾ ਵਾ 13ਵਾਂ ਵਾ ਇੱਥੇ 13ਵੇਂ ਸਥਾਨ ਦੇ ਉੱਤੇ ਯਾਨੀ ਕਿ 28 ਰਾਜਾਂ ਦੇ ਵਿੱਚੋਂ 13ਵੇਂ ਨੰਬਰ ਤੇ ਆਉਂਦਾ ਵਾ ਜਿੱਥੇ ਜਿਹੜਾ ਵਾ ਪਸ਼ੂ ਉਹ ਰੱਖੇ ਜਾਂਦੇ ਆ ਨੈਕਸਟ ਹੈਗਾ ਵਾ ਸਭ ਤੋਂ ਵੱਧ ਪਸ਼ੂਤਨ ਦੇਸ਼ ਦੇ ਕਿਹੜੇ ਰਾਜ ਦੇ ਵਿੱਚ ਹੁੰਦਾ ਹੈ ਸਭ ਤੋਂ ਜ਼ਿਆਦਾ ਜਿਹੜਾ ਪਸ਼ੂਤਨ ਉਹ ਕਿੱਥੇ ਆ ਉੱਤਰ ਪ੍ਰਦੇਸ਼ ਦੇ ਵਿੱਚ ਪਾਇਆ ਜਾਂਦਾ ਵਾ ਨੈਕਸਟ ਹੈਗਾ ਵਾ ਫਲਾਂ ਅਤੇ ਸਬਜ਼ੀਆਂ ਦੇ ਉਤਪਾਦਨ ਅ ਵੀ ਦੇਸ਼ ਭਾਰਤ ਦਾ ਸੰਸਾਰ ਦੇ ਵਿੱਚ ਕਿਹੜਾ ਸਥਾਨ ਹੈ ਵੀ ਉੱਤਰ ਹੈ ਫਲਾਂ ਅਤੇ ਸਬਜ਼ੀਆਂ ਦੇ ਉਤਪਾਦਨ ਦੇ ਵਿੱਚ ਭਾਰਤ ਦਾ ਸੰਸਾਰ ਦੇ ਵਿੱਚ ਦੂਜਾ ਸਥਾਨ ਹੈਗਾ ਵਾ ਯਾਨਕਿ ਦੂਜੇ ਨੰਬਰ ਤੇ ਆਉਂਦਾ ਵਾ ਫਲਾਂ ਤੇ ਸਬਜ਼ੀਆਂ ਦੇ ਉਤਪਾਦਨ ਦੇ ਲਈ ਨੈਕਸਟ ਹੈਗਾ ਵਾ ਕਾਜੂ ਦੇ ਉਤਪਾਦਨ ਦੇ ਲਈ ਦੇਸ਼ ਦੇ ਵਿੱਚ ਕਿਹੜਾ ਸਥਾਨ ਹੈ ਕਾਜੂ ਦੇ ਸੰਸਾਰ ਦੇ ਵਿੱਚ ਕਿਹੜਾ ਸਥਾਨ ਆਉਂਦਾ ਕਾਜੂ ਉਤਪਾਦਨ ਦੇ ਵਿੱਚ ਜਿਹੜਾ ਭਾਰਤ ਆ ਉਹ ਸੰਸਾਰ ਦੇ ਪਹਿਲੇ ਨੰਬਰ ਤੇ ਆਉਂਦਾ ਤੇ ਇੱਥੇ ਸਭ ਤੋਂ ਜ਼ਿਆਦਾ ਰੈਡੀ ਕਾਜੂ ਦੀ ਉਤਪਾਦਨ ਉਹ ਕੀਤਾ ਜਾਂਦਾ ਹੈ ਜਿਆਦਾਤਰ ਦੱਖਣੀ ਭਾਰਤ ਯਾਨਕੀ ਸਾਊਥ ਇੰਡੀਆ ਦੇ ਵਿੱਚ ਸਭ ਤੋਂ ਜ਼ਿਆਦਾ ਹੁੰਦਾ ਵਾ ਨੈਕਸਟ ਹੈਗਾ ਵਾ ਸੇਬਾਂ ਦੇ ਉਤਪਾਦਨ ਲਈ ਮੁੱਖ ਰਾਜਾਂ ਦੇ ਨਾਲ ਦੱਸੋ ਸੇਬਾਂ ਦੇ ਉਤਪਾਦਨ ਜਿਹੜਾ ਵਾ ਉਹ ਜੰਮੂ ਕਸ਼ਮੀਰ ਹਿਮਾਚਲ ਪ੍ਰਦੇਸ਼ ਤੇ ਮੁੱਖ ਰਾਜਾਂ ਦੇ ਵਿੱਚ ਇਹ ਹੁੰਦਾ ਵਾ ਕਿਉਂਕਿ ਉੱਥੇ ਦਾ ਜਿਹੜਾ এনवायरमेंट ਆ ਜਾਂ ਕਹੋ ਵਾਤਾਵਰਨ ਉਹਨਾਂ ਲਈ ਅਨੁਕੂਲ ਆ ਤੇ ਉੱਥੇ ਹੀ ਸਭ ਤੋਂ ਜ਼ਿਆਦਾ ਵਧੀਆ ਕਿਸਮ ਦੇ ਜਿਹੜ ਪੈਦਾ ਹੁੰਦੇ ਆ ਤੇ ਇਹਨਾਂ ਨੂੰ ਐਕਸਪੋਰਟ ਵੀ ਕੀਤਾ ਜਾਂਦਾ। ਨੈਕਸਟ ਹੈਗਾ ਵਾ ਵਰਣੀਕਰਣ ਜੰਗਲਿਤ ਤਕ ਦੀ ਕੀ ਮਹੱਤਤਾ ਹੈ? ਵੀ ਉੱਤਰ ਹੈ ਵਣ ਪ੍ਰਸਥਿਤੀ ਵਣ ਪ੍ਰਸਥਿਤਿਕ ਸੰਤੁਲਨ ਅਤੇ ਕੁਦਰਤ ਸੰਤੁਲਨ ਨੂੰ ਕਾਇਮ ਰੱਖਣ ਦੇ ਵਿੱਚ ਸਹਾਇਤਾ ਕਰਦੇ ਹਨ। ਯਾਨੀ ਕਿ ਇਹਦੇ ਨਾਲ ਕੀ ਹੈ ਜੇ ਅਸੀਂ ਬਣ ਨੂੰ ਜਾਂ ਜੰਗਲਾਤ ਨੂੰ ਵਧਾਉਨੇ ਆ ਤਾਂ ਇਹਦੇ ਨਾਲ ਸਾਨੂੰ ਕੀ ਹੈ ਵੀ ਜਿਹੜੇ ਸਾਡੇ ਬਣਾ ਦੇ ਨਾਲ ਜਿਹੜੇ ਸਾਡੇ ਹੋਰ ਜਿਹੜੇ ਪ੍ਰੋਬਲਮਸ ਨੇ ਤੇ ਕੁਦਰਤ ਦੇ ਨਾਲ ਸਾਡਾ ਸੰਤੁਲਨ ਬਣ ਜਾਂਦਾ ਤੇ ਇਹਦੇ ਨਾਲ ਕੀ ਹੈ ਸਾਡਾ ਜਿਹੜਾ এনवायरमेंट ਆ ਹੋਰ ਵੀ ਵਧੀਆ ਬਣ ਜਾਂਦਾ। ਇਸੇ ਦਾ ਅਜਾ ਸੈਸ਼ਨ ਆਈ ਹੋਪ ਤੁਹਾਨੂੰ ਪਸੰਦ ਆਇਆ ਹੋਊਗਾ ਜੇਕਰ ਪਸੰਦ ਆਇਆ ਤਾਂ ਮੇਰੇ ਇਸ ਚੈਨਲ ਨੂੰ ਜਰੂਰ ਲਾਈਕ ਕਰੋ ਜਸਟ ਡੂ ਇਟ ਫॉर ਅ ਬ੍ਰਾਈਟ ਫਿਊਚਰ ਤੇ ਇਸ ਦੇ ਨਾਲ ਵੀ ਜੇਕਰ ਤੁਹਾਨੂੰ ਹੋਰ ਵੀ ਕਿਸੇ ਚੀਜ਼ ਦੀ ਪ੍ਰੋਬਲਮ ਆਉਂਦੀ ਆ ਤਾਂ ਤੁਸੀਂ ਮੈਨੂੰ ਜਰੂਰ ਮੇਰੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲੋ ਜਾਂ ਮੇਰੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਆਪਣੇ ਜਿਹੜੇ ਕਮੈਂਟਸ ਨੇ ਉਹਨੂੰ ਟਾਇਲ ਕਰਿਆ ਕਰੋ ਤੇ ਮੈਂ ਉਹਦੇ ਨਾਲ ਹੀ ਜਿਹੜੇ ਤੁਹਾਡੇ ਕੰਪਲੀਮੈਂਟਸ ਹੋਣਗੇ ਤੇ ਉਹਨਾਂ ਦੇ ਰਿਪਲਾਈ ਵੀ ਨਾਲ ਦੀ ਨਾਲ ਕਰਦਾ ਰਿਹਾ ਕਰੂੰਗਾ ਤੇ ਜਰੂਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਦੂਸਰੇ ਮੇਰਾ ਜਿਹੜਾ ਚੈਨਲ ਆ ਉਹ ਵੀ ਮੈਂ ਇੱਕ ਵਾਰ ਕ੍ਰੀਏਟ ਕਰ ਰਿਹਾ ਇੱਕ ਨੈਕਸਟ ਚੈਨਲ ਆ ਜਿਹਦੇ ਵਿੱਚ ਸਟੱਡੀ ਟਾਈਮ ਟਿਊਸ਼ਨਸ ਦਾ ਜਿਹੜਾ ਸਟਾਰਟ ਹੋਏਗਾ ਉਹ ਵੀ ਤੁਹਾਨੂੰ ਜਿਹੜਾ ਵਾ ਨਾਲ ਦੀ ਨਾਲ ਤੁਹਾਨੂੰ ਅਨਾਉਂਸਮੈਂਟ ਕਰੂੰਗਾ ਤੇ ਉਹਨੂੰ ਵੀ ਨਾਲ ਦੀ ਨਾਲ ਆਪਾਂ ਇਹ ਚੈਨਲ ਜਿਹੜਾ ਵਾ ਉਹ ਚਲਾਵਾਂਗੇ ਥੈਂਕਸ ਅ ਲੋਟ ਵਾਚਿੰਗ ਫॉर ਮਾਈ ਸੈਸ਼ਨ